ਘੋੜੇ ਵਾਸਤੇ ਮਾਸ਼ਾਅੱਲਾ ਖੂਬਸੂਰਤ ਘੋੜਾ ਲੈ ਕੇ ਆਇਆ ਜਨਾਬ। ਇਹ ਘੋੜਾ ਹਾਜੀ ਚੱਕ ਜਿੰਦੇ ਰੋਡ ਦੇ ਉੱਤੇ ਇੱਕ ਪਿੰਡ ਹੈ ਹਾਜੀ ਚੱਕ, ਅਤੇ ਘੋੜਾ ਜਨਾਬ ਉੱਥੇ ਖਾਰੀਆਂ ਤੋਂ ਅੰਦਰ ਆਈ ਹੈ ਜਿੰਦੇ ਰੋਡ ਦੇ ਉੱਤੇ ਨਹਿਰ ਵਾਲੀ ਪੁੱਲ ਹੈ ਉਹਦੇ ਨਾਲ ਹੀ ਹਾਜੀ ਚੱਕ ਹੈ। ਇਹ ਜਨਾਬ ਇਹ ਘੋੜਾ ਉੱਥੇ ਔਰ ਸੇਲ ਹੈ, ਅਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਇਨਸ਼ਾਅੱਲਾ ਇਨਫੋਰਮੇਸ਼ਨ ਵੀ ਮਿਲੇਗੀ, ਅਵੇਅਰਨੈਸ ਵੀ ਮਿਲੇਗੀ। ਘੋੜੇ 'ਤੇ ਜਿਹੜਾ ਮੁੰਡੇ ਪਾਠੀ ਪਾਉਂਦੇ ਪਏ ਨੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ, ਅਤੇ ਕੀਮਤ ਵੀ ਇਸ ਘੋੜੇ ਦੀ ਦੱਸਾਂਗੇ। ਖੁਆਇਸ਼ਮੰਦ ਹਜ਼ਰਾਤ ਜਿਹੜੇ ਨੇ ਉਹ ਅਗਰ ਲੈਣਾ ਚਾਹ ਰਹੇ ਅਤੇ ਇਹਦੇ ਵਿੱਚ ਅਸੀਂ ਨੰਬਰ ਵੀ ਇਨਸ਼ਾਅੱਲਾ ਜਿਹੜਾ ਸ਼ੇਅਰ ਕਰਾਂਗੇ। ਅਤੇ ਚਲੋ ਜਨਾਬ ਵੀਡੀਓ ਸ਼ੁਰੂ ਕਰਦੇ ਹਾਂ ਅਤੇ ਘੋੜਾ ਤੁਹਾਨੂੰ ਦਿਖਾਉਂਦੇ ਜੀ। ਬੇਟਾ ਪਾਓ ਜੀ, ਤਾਰੂ ਤਾਰੂ ਪਾਓ, ਪਾਠੀ ਪਾਓ, ਪਾਠੀ ਤਾਂ ਮੇਰਾ ਘਰ ਮਿਲ ਜਾਏਗੀ। ਮਾਰ ਕਿੰਨੇ ਵੀ ਆਏ ਕਾਠੀ ਪੁੱਠੀ ਪਾ ਰਹੇ ਮਾਸ਼ਾਅੱਲਾ 50,000 ਰੁਪਏ ਜਨਾਬ ਕਾਠੀ ਲੈ ਕੇ ਆ ਰਹੀ। ਅਤੇ ਜਨਾਬ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਜੇ, ਲਾਈਕ ਕਰਿਆ ਜੇ, ਅਤੇ ਜਨਾਬ ਇਹਦੇ ਵਿੱਚ ਇਨਸ਼ਾਅੱਲਾ ਤਾਲਾ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੱਸਾਂਗੇ। ਅਤੇ ਲਓ ਜਨਾਬ ਇਹ ਜਿਹੜਾ ਘੋੜਾ ਹੈ ਬੱਚੇ ਉਹਨਾਂ ਨੇ ਕਿੱਥੋਂ ਲਿਆ, ਇਹ ਵੀ ਜ਼ਰਾ ਤੁਹਾਨੂੰ ਬੱਚਾ ਖੁਦ ਇਹ ਜਨਾਬ ਦੱਸਦਾ। ਕੀ ਨਾਮ ਬੇਟਾ ਆਪਣਾ? ਉੱਚੀ ਬੋਲੀ, ਆ ਮੂੰਹ ਦੇ ਵਿੱਚੋਂ ਚਿੰਗਮ ਕੱਢ ਦੇ, ਕੱਢ ਚੁੰਗਾ ਘੱਟ ਕਰ। ਤੇਰੇ ਚਾਚੇ ਤੋਂ ਪੁੱਛਣਾ। ਇਹ ਜਨਾਬ ਇੱਧਰ ਆ ਜਾ, ਘੋੜੇ ਨੂੰ ਹੱਥ 'ਚ ਫੜੀ ਦਾ। ਕੀ ਨਾਂ ਕੀ ਹੈ ਤੇਰਾ? ਇਹ ਫੈਸਲ ਦਾ ਹੁੰਦੀ ਕੀ ਨਾਂ? ਅਲੀ ਹਮਜ਼ਾ। ਅਲੀ ਹਮਜ਼ਾ, ਅਲੀ ਹਮਜ਼ਾ, ਇਹ ਘੋੜਾ ਜਿਹੜਾ ਹੈਗਾ ਇਹ ਤੁਸੀਂ ਕਿੱਥੋਂ ਲਿਆ? ਇਹ ਅਸੀਂ ਲਿਆ ਦੇ ਨਾਲ ਪਿੰਡ ਹੈ, ਯਾਦ ਨਹੀਂ ਆਉਂਦਾ ਨਾ। ਨਹੀਂ ਨਹੀਂ, ਦਰੀਆ ਚੱਕ ਨਹੀਂ ਗਿਆ ਹੈ। ਅੱਛਾ ਚੱਲ ਮੇਰੀ ਗੱਲ ਸੁਣ, ਪਿੰਡ ਉੱਥੋਂ ਲਿਆ, ਤੁਹਾਨੂੰ ਦਵਾਇਆ ਕਿੰਨੇ? ਕਰਨਾਣਾ ਚੈਨਲ ਵਾਲੇ। ਕਿੰਨੇ? ਕਰਨਾਣਾ ਚੈਨਲ। ਅਤੇ ਅੱਛਾ ਘੋੜਾ ਹੈਗਾ ਜੀ, ਜਦੋਂ ਸੇਲ ਹੋਣਾ ਹੈ ਨਾ ਉਸ ਤੋਂ ਪਹਿਲਾਂ ਇੱਕ ਵੀਡੀਓ ਬਣਾਈਏ, ਫਿਰ ਸਾਨੂੰ ਪਸੰਦ ਆਇਆ। ਜਦੋਂ ਲੈ ਕੇ ਆਏ ਹਾਂ ਨਾ ਉਦੋਂ ਹੀ ਆਇਆ। ਨਹੀਂ ਉੱਥੇ ਤੁਸੀਂ ਚੈੱਕ ਨਹੀਂ ਕੀਤਾ ਘੋੜਾ? ਨਹੀਂ, ਕੋਈ ਨਹੀਂ ਕੀਤਾ। ਘੋੜਾ ਤੁਸੀਂ ਵੀ ਚੈੱਕ ਨਹੀਂ ਕੀਤਾ? ਤੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਦੱਸੀ, ਕੋਈ ਬੋਲੇ? ਸਾਡਾ ਹੀ ਕਹਿ ਨਿਕਾ ਗਿਆ। ਅੱਛਾ, ਇੱਕ ਦਾ ਵੱਡਾ ਭਾਈ ਗਿਆ ਸੀ, ਮੈਂ ਕੋਈ ਨਹੀਂ ਗਿਆ। ਤੂੰ ਨਹੀਂ ਗਿਆ? ਇੱਕ, ਅੱਛਾ ਇਹ ਨਿੱਕਾ ਮੁੰਡਾ ਸੀ, ਇੱਕ ਇੰਨਾ ਵੱਡਾ ਭਾਈ ਸੀ ਜੀ? ਉਹ ਦੋਵੇਂ ਜਣੇ ਗਏ ਸੋ? ਗਿਆ ਦੋ ਜਣੇ ਗਏ, ਇਹਦਾ ਵੱਡਾ ਭਾਈ, ਦੋਵੇਂ ਨਿੱਕੇ ਗਏ। ਮੇਰੀ ਗੱਲ ਤਾਂ ਸੁਣ, ਤੁਸੀਂ ਨਿੱਕੇ ਨਿੱਕੇ ਹੀ ਘੋੜਾ ਖਰੀਦਣ ਜਾਂਦੇ ਰਹੇ? ਅੱਬੂ ਨੇ ਆਖਿਆ। ਅੱਬੂ ਨੇ ਕਿਹਾ ਸੀ ਵੀ ਤੁਸੀਂ ਚਲੇ ਜਾਓ? ਅੱਬੂ ਤੁਹਾਡਾ ਕਿੱਥੇ? ਅੱਬੂ ਇਟਲੀ ਹੁੰਦਾ। ਅੱਛਾ, ਅੱਬੂ ਤੁਹਾਡਾ ਇਟਲੀ ਹੈ? ਅਤੇ ਉਹਨੇ ਕਿਹਾ ਵੀ ਜਾਓ ਕਰਨਾਲਾ ਚੈਨਲ ਦੇ ਨਾਲ ਬੰਦੇ ਨਾਲ ਗੱਲ ਹੋ ਗਈ ਹੈ ਅਤੇ ਘੋੜਾ ਉਹਨਾਂ ਕੋਲੋਂ ਲੈ ਆਓ ਜਾ ਕੇ। ਲਓ ਜਨਾਬ ਇਹ ਘੋੜਾ ਜਿਹੜਾ ਜੇ ਕਰਨਾਲਾ ਚੈਨਲ ਜਿਹੜਾ ਭਾਈ ਮੇਰਾ ਉਹਨੇ ਘੋੜਾ ਇਹਨਾਂ ਨੂੰ ਉਹ ਕਹਿੰਦੇ ਨੇ ਜੀ ਅਸੀਂ ਉਹਨਾਂ ਕੋਲੋਂ ਲਿਆ ਅਤੇ ਇਹ ਜਨਾਬ ਘੋੜਾ ਫੋਰ ਸੇਲ ਹੈ ਹੁਣ। ਅੱਛਾ ਕਿੰਨੀ ਦੇਰ ਹੋ ਗਈ ਹੈ ਮੇਰਾ ਵੀਰ ਇਹ ਘੋੜਾ ਲਿਆ? ਤੁਹਾਡੇ ਕੋਲ ਸਾਲ ਹੋ ਗਿਆ, ਇਹਨੂੰ ਤੁਸੀਂ ਫੇਰਦੇ ਫੁਰਦੇ ਜੀ? ਲਓ ਜਨਾਬ ਬਾਕੀ ਗੱਲਾਂ ਤੁਹਾਡੇ ਨਾਲ ਹੁੰਦੀਆਂ ਰਹਿਣਗੀਆਂ। ਇਹ ਜ਼ਰਾ ਘੋੜੇ ਦੀ ਟਰਾਈ ਟਰੂਈ ਜਨਾਬ ਅਸੀਂ ਤੁਹਾਨੂੰ ਦਵਾਉਂਦੇ ਹਾਂ ਅਤੇ ਜ਼ਰਾ ਚੈੱਕ ਕਰਨੇ ਆ। ਚਲੋ ਜਨਾਬ ਜੀ ਆਓ ਜੀ। لا اله الا الله محمد رسول الله اے نا لات جی ہے جی لات اے لات جڑی ہے نا ان دے وچ فرق ہے گا اے اورلی جڑی لات ہے ਇਹ ਜਨਾਬ ਦੇਖੋ ਕਿ ਇਹ ਲੱਤ ਦੇ ਵਿੱਚ ਤੁਹਾਨੂੰ ਵਾਹ ਜਿਹਾ ਫਰਕ ਜਿਹੜਾ ਇੰਨਾ ਨਜ਼ਰ ਆ ਰਿਹਾ ਵੇਖ ਨਾ ਅਵੈਸ ਜੀ ਇਹ ਵੇਖਦਾ ਪਿਆ ਉਰਲਾ ਖੁਰ ਬਿਲਕੁਲ ਅਤੇ ਉਹ ਪਰਲਾ ਖੁਰ
ਉਹ ਆਪਦੀ ਜਗ੍ਹਾ ਦੇ ਉੱਤੇ ਇਹ ਫਿਰ ਜਦੋਂ ਭਾਰ ਪਾਉਂਦੇ ਨੇ ਤਾਂ ਲਾਤੇ ਦੀ ਕੰਬਦੀ ਹੈ। ਅਤੇ ਅੱਛਾ ਮੇਰੀ ਇੱਕ ਗੱਲ ਸੁਣ, ਤੇਰਾ ਨਾਂ ਕੀ? ਮੈਨੂੰ ਭੁੱਲ ਗਿਆ। ਅਲੀ ਹਮਜ਼ਾ। ਅੱਛਾ ਅਲੀ ਹਮਜ਼ਾ, ਤੁਸੀਂ ਜਦੋਂ ਘੋੜਾ ਜੋ ਲੈ ਆਉਂਦਾ ਤੇ ਫਿਰ ਉਹਨਾਂ ਨੂੰ ਉਲਾਮਾ ਨਹੀਂ ਦਿੱਤਾ ਕਿ ਯਾਰ ਭਾਈ ਤੁਸੀਂ ਘੋੜਾ ਇਹ ਵਾਪਸ ਕਰ ਲਵੋ, ਇਹ ਜਿਹੜਾ ਘੋੜਾ ਸਹੀ ਨਹੀਂ ਹੈ? ਕੀ ਹੁਣ ਵਾਪਸ ਨਹੀਂ ਕਰਨਾ? ਹੁਣ ਵਾਪਸ ਨਹੀਂ ਕਰਨਾ? ਨਹੀਂ ਤੇ ਤੁਸੀਂ ਉਹਨੂੰ ਜੋ ਉਲਾਮਾ ਦਿੱਤਾ ਤੇ ਫਿਰ ਉਹ ਵਾਪਸ ਨਹੀਂ ਉਹਨਾਂ ਨੇ ਕੀਤਾ? ਉਹਨਾਂ ਨੇ ਕੀ ਕਹਿੰਦੇ? ਕਹਿੰਦੇ ਨੇ ਨਹੀਂ ਅਸੀਂ ਨਹੀਂ ਕਰਨਾ। ਅੱਛਾ, ਅਸੀਂ ਦੋ ਵਾਰੀ ਜਾ ਬੈਠੇ, ਦੋ ਤਿੰਨ ਵਾਰੀ ਗਏ ਜੀ। ਉਹਨਾਂ ਨੇ ਕਹਿ ਨਹੀਂ ਅਸੀਂ ਨਹੀਂ ਕਰਨਾ। ਅੱਛਾ, ਤੇ ਇਹਦਾ ਇਲਾਜ ਲੂਜ ਵਾਹ ਤੁਸੀਂ ਕਰਾਇਆ ਜੀ? ਇਲਾਜ ਕਰਾਇਆ ਪਰ ਨਹੀਂ ਫਰਕ ਪਿਆ। ਕੀ ਇਲਾਜ ਕੀ ਕਰਵਾਇਆ ਉਹਨਾਂ? ਇਲਾਜ ਕਰਾਇਆ ਉਹਨਾਂ, ਠੰਡੇ ਪਾਣੀ ਵਿੱਚ ਬਰਫ਼ ਮਾਰ ਉਸ ਠੰਡੀ। ਇਹ ਦੱਸਿਆ ਨਹੀਂ। ਤੇ ਹੋਰ ਇਹਦੇ ਪੱਠੇ ਕੀ ਜਾਣ ਜੀ? ਕਹਿੰਦੇ ਨੇ ਸੋਤ ਲੈ ਜੇ, ਪਰ ਕੋਈ ਫਰਕ ਨਹੀਂ ਖਾਸ ਪਿਆ। ਨਹੀਂ, ਸੋਜ ਕੀ ਲੈਣੀ? ਪੱਠੇ ਖਿੱਚੀਜੇ ਹੋਏ ਨੇ ਘੋੜੇ ਤੇ ਜੀ। ਸਾਰੀ ਟਕੋਰਾਂ ਕਰ ਕਰਕੇ ਲੱਤ ਕਾਲੀ ਕੀਤੀ ਪਈ ਹੈ। ਆ ਜਿਹੜੀਆਂ ਨੇ ਨਾ, ਆ ਵੇਖ ਇਹ ਬਰਫ਼ ਦੀ, ਉਹਨੇ ਕਿਹਾ ਬਰਫ਼ ਦੀ ਮਾਰਾ ਮਾਰ ਕਰੋ ਜੀ। ਇੱਕ ਸਵਾਰ ਢੋੜੇ ਲੋਕ ਤੁਹਾਡੇ ਪਾਸੇ ਦਾ ਆਇਆ ਪਾਕ ਵਤਨ ਦਾ। ਹਾਂ, ਉਸ ਨੇ ਆ ਕੇ ਕਿ ਇਹਨੂੰ ਬਰਫ਼ ਮਾਰੋ ਜੀ, ਬਰਫ਼ ਮਾਰੋ ਤੇ ਅੱਗੇ ਨਾਲ ਸਹੀ ਹੋ ਜੇ ਜੀ। ਅੱਛਾ, ਪਰ ਫਰਕ ਨਹੀਂ ਪਿਆ। ਲਓ ਜਨਾਬ, ਇਹਦੇ ਇਹ ਦੇਖੋ, ਇਹ ਲੱਤ ਵੇਖਦਾ ਬਣ ਕੇ ਮੈਂ ਰੱਖੀ ਉਹਨੇ, ਇਹ ਵੇਖਦਾ ਪਿਆ ਜੀ। ਲਓ ਜਨਾਬ, ਇਹ ਫੋਰ ਸੇਲ ਜੇ, ਅਤੇ ਬੱਚਿਆਂ ਨੇ ਇਹ ਵੀ ਚੈਨਲ ਤੋਂ ਘੋੜਾ ਖਰੀਦਿਆ। ਅਤੇ ਮੇਰੀ ਰਿਕੁਐਸਟ ਹੈ ਦੋਸਤਾਂ ਕੋਲੋਂ ਕਿ ਜਨਾਬ ਘੋੜੇ ਨੂੰ ਅੱਛੀ ਤਰ੍ਹਾਂ ਚੈੱਕ ਕਰਿਆ ਕਰੋ, ਤੁਹਾਡੀ ਰਕਮ ਤੁਹਾਡੀ ਮਿਹਨਤ ਦੀ ਕਮਾਈ ਹੈ, ਔਰ ਤੁਸੀਂ ਸ਼ੌਕ ਪੂਰਾ ਕਰਦੇ ਜੇ। ਅਤੇ ਮੈਂ ਰਿਕੁਐਸਟ ਕਰਨਾ ਕਿ ਖੁਦਾ ਦਾ ਵਾਸਤਾ ਜੇ, ਖੁਦਾ ਦਾ ਵਾਸਤਾ ਜੇ, ਜਾਨਵਰ ਨੂੰ ਪੂਰਾ ਚੈੱਕ ਕਰਿਆ ਕਰੋ। ਤਾਂ ਕਿ ਕਿਸੇ ਵੀਡੀਓ ਮੈਂ ਇਸ ਲਈ ਬਣਾ ਰਿਹਾ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਅਸੀਂ ਫੋਰ ਸੇਲ ਕਰਨਾ, ਲੇਕਿਨ ਬੜੀ ਅੱਛੀ ਗੱਲ ਉਹਨਾਂ ਨੇ ਕੀਤੀ। ਅੱਲਾਹ ਪਾਕ ਉਹਨਾਂ ਨੂੰ ਜਜ਼ਾ ਦੇਵੇ, ਮੇਰੇ ਦੋਸਤ ਨੂੰ ਫੈਸਲ ਨੂੰ ਜਿਹੜਾ ਕਿ ਇਟਲੀ ਦੇ ਵਿੱਚ, ਉਹਨੇ ਕਿਹਾ ਬਾਬਾ ਜੀ ਆਪਣੇ ਨਾਲ ਹੱਥ ਹੋ ਗਿਆ, ਲੇਕਿਨ ਹੋਰ ਕਿਸੇ ਨਾਲ ਹੱਥ ਅਸੀਂ ਨਹੀਂ ਕਰਨਾ। ਸਾਡੇ ਨਾਲ ਤਾਂ ਹੋ ਗਿਆ, ਮਗਰ ਅਸੀਂ ਕਿਸੇ ਨਾਲ ਹੱਥ ਨਹੀਂ ਕਰਨਾ। ਲਿਹਾਜ਼ਾ ਤੁਸੀਂ ਜੋ ਚੀਜ਼ ਹੈ, ਉਹਦੀਆਂ ਖਾਮੀਆਂ, ਉਹਦੀਆਂ ਅੱਛਾਈਆਂ ਸਾਰੀਆਂ ਸੁਨਤ ਦੇ ਮੁਤਾਬਿਕ, ਜਿਵੇਂ ਸਾਡੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਜਾਨਵਰ ਦੀਆਂ ਖੂਬੀਆਂ ਖਾਮੀਆਂ ਦੱਸੋ ਔਰ ਸੌਦਾ ਕਰੋ। ਅਸੀਂ ਜਨਾਬ ਖੂਬੀਆਂ ਖਾਮੀਆਂ ਤੁਹਾਨੂੰ ਦੱਸ ਰਹੇ ਹਾਂ ਇਨਸ਼ਾ ਅੱਲਾਹ ਤਾਲਾ। ਇਹ ਦੇਖੋ, ਇਹਦੇ ਵਿੱਚ ਇਹ ਖੱਬੀ ਜਿਹੜੀ ਇਹਦੀ ਲੱਤ ਦੇ ਵਿੱਚ ਜਨਾਬ ਫਰਕ ਹੈ, ਔਰ ਸਾਰੀਆਂ ਗੱਲਾਂ ਤੁਸੀਂ ਬਕੌਲ ਬੱਚੇ ਦੇ ਉਹ ਸੁਣ ਹੀ ਲਈਆਂ ਨੇ। ਅੱਛਾ, ਇਹ ਕਿੰਨੇ ਦਾ ਲਿਆ ਸੀ? 4 ਲੱਖ ਦਾ ਲਿਆ। ਪੂਰੇ 4 ਲੱਖ ਦਾ? ਅੱਛਾ ਅੱਛਾ, 4 ਲੱਖ ਦਾ ਲੈਂਦਾ ਸਰ, ਉਹ ਆਪੇ ਹੀ ਛੱਡ ਗਿਆ ਸੀ ਘਰੇ? ਜੀ, ਆਪੇ ਹੀ ਛੱਡ ਕੇ ਗਏ ਨੇ ਘਰੇ। ਤੁਸੀਂ ਨਹੀਂ ਲੈਣ ਗਏ? ਯਾਨੀ ਤੁਸੀਂ ਪੈਸੇ ਸਾਰੇ ਦੇ ਕੇ ਆ ਗਿਆ ਸੀ? ਨਹੀਂ, ਹਾਂ ਪੈਸੇ ਦੇ ਕੇ ਆ ਗਏ, ਅਸੀਂ ਦਿੱਤੇ ਪੈਸੇ, ਸਾਰੇ ਪੈਸੇ ਦੇ ਦਿੱਤੇ ਤੁਸੀਂ 4 ਲੱਖ ਤੇ ਘੋੜਾ ਉੱਥੇ ਸੀ? ਘੋੜਾ ਉੱਥੇ, ਤੇ ਫਿਰ ਉਹ ਜਿਸ ਟਾਈਮ ਲੈ ਕੇ ਆਏ ਨਾ ਤੁਤਾ ਇੱਥੇ ਡੇਰੇ ਤੇ, ਹਾਂ ਤੇ ਪੈਸੇ ਵੀ ਉਹਦੇ ਦਿੱਤੇ ਆਏ ਨਾਲ। ਘੋੜਾ ਉਹ ਆਪੇ ਲੈ ਆਏ? ਜਾਂ ਘੋੜਾ ਆਪੇ ਲੈ ਕੇ ਆਏ? ਤੁਸੀਂ ਨਹੀਂ ਕਿਹਾ? ਅਸੀਂ ਨਹੀਂ ਕਿਹਾ, ਪੱਬ ਜਿਹੜਾ ਨਾ ਥੱਲੇ ਜ਼ਮੀਨ ਤੇ ਨਹੀਂ ਲੱਗਦਾ, ਇੱਕ ਦਾ ਲੱਗਦਾ, ਉਹ ਪੂਰਾ ਪਿੱਛੇ ਮੁੱਠਾ ਚਕੀਜ ਜਾਂਦਾ ਅੱਗੋਂ। ਅੱਛਾ ਠੀਕ ਹੈ, ਤੇ ਉਹਨਾਂ ਨੇ ਫਿਰ ਤੂੰ ਆਖਿਆ ਤੇ ਫਿਰ ਉਹ ਨਹੀਂ ਮੰਨੇ? ਉਹ ਨਹੀਂ ਮੰਨੇ, ਕਹਿੰਦੇ ਨੇ ਸਹੀ ਹੈ ਤੁਹਾਨੂੰ, ਤੁਸੀਂ ਉਹਦੇ ਨਵੇਂ ਹੋ ਤੇ ਤੁਹਾਨੂੰ ਸਮਝ ਰਲ ਜੇ ਜੀ। ਫਿਰ ਭਾਨੂੰ ਬਾਅਦ ਵਿੱਚ ਵੀ ਆਖਿਆ, ਕਹਿੰਦਾ ਠੀਕ ਹੈ। ਉਹ ਕਹਿੰਦੇ ਤੁਸੀਂ ਹਲੇ ਨਵੇਂ ਜੇ, ਤੁਹਾਨੂੰ ਸਮਝ ਲੱਗ ਜਾਏਗੀ, ਤੇ ਸਮਝ ਤਾਂ ਵੈਸੇ ਲੱਗ ਹੀ ਗਈ ਹੈ। ਹਾਂ ਸਮਝ ਤਾਂ ਜਨਾਬ ਲੱਗ ਹੀ ਗਈ ਹੈ। ਲਓ ਜਨਾਬ, ਇਹ ਹੁਣ ਘੋੜੇ ਦੀ ਅਸੀਂ ਤੁਹਾਨੂੰ ਟ੍ਰਾਈ ਦਿੰਦੇ ਹਾਂ ਵਿਖਾ ਕੇ, ਔਰ ਸਾਰੀਆਂ ਚੀਜ਼ਾਂ ਅਲਹਮਦੁਲਿਲਾ ਅਸੀਂ ਆਪਣੇ ਚੈਨਲ ਦੇ ਉੱਤੇ ਜਨਾਬ ਦਿਖਾ ਰਹੇ ਹਾਂ। ਅਤੇ ਜਾਨਵਰ ਜਨਾਬ ਤੁਸੀਂ ਜਦੋਂ ਵੀ ਲਵੋ, ਮੇਰੇ ਜਿਹੜੇ ਸ਼ੌਕੀਨ ਹਜ਼ਰਾਤ, ਮੇਰੇ ਭਾਈ ਨੇ, ਮੇਰੇ ਦੋਸਤ ਨੇ, ਜਨਾਬ ਜਿੱਥੋਂ ਵੀ ਜਾਨਵਰ ਤੁਸੀਂ ਲਵੋ, ਜਿਹੜੇ ਵੀ ਚੈਨਲ ਤੋਂ ਲਵੋ ਜਾਂ ਕਿਹੜੀ ਵੀ ਮੰਡੀ ਤੋਂ ਲਵੋ, ਜਨਾਬ ਘੋੜੇ ਨੂੰ ਠੋਕ ਵਜਾ ਕੇ ਤੁਸੀਂ ਪੁੱਛ ਲਵੋ, ਤਾਂ ਕਿ ਮੇਰਾ ਵੀਰ, ਮੇਰਾ ਸੁਣਿਓ ਸੱਜਣੋ ਤੁਹਾਡੇ ਨਾਲ ਹੱਥ ਨਾ ਹੋ ਜਾਵੇ। ਅਤੇ ਜਿਹੜਾ ਹੈਗਾ, ਚਲੋ ਹੁਣ ਬੱਚੇ ਨੂੰ, ਅੱਛਾ ਝਾੜੇ ਦੇ ਉੱਤੇ ਹੁਣ ਵੇਖੀਏ ਕੀ ਕਰਦਾ ਕੀ ਹੈ। ਸੋ
फिर ला जा पिछा ज़्यादा तेज ला जा गोल चक्कर दबा के एकदम छाड़ उसे थोड़ा पीछे जे जाके राउंड करने हैं फायदा होते उल्टी साइड पर जैसे भी चार नहीं पड़ेगा एक पीछे लो जनाब इतने रुक जा इतने रुक जा लै बेटा जरा अपना जरा नंबर जरा मोबाइल का नंबर दा 0301 601 620 41 41 48 जी दोबारा फिर दस 0301 620 हाँ 48 ते ए वीर जी घोड़ा हुण जेड़ा हैगा तुसी ता ए लिया चार दा हुण तुसी ए बेचना किन्ने दा चाचू दस्सो अच्छा चाचू चलो जी चाचू कोले चल लें जी वीर जी की नाम आपका मेरे नाम अनसर इकबाल है जी जी ते फैसल भाई तुहाडे मेरा पान जाए फैसल जिहड़े इटली हुंदे ने जी जिहड़े इटली हुंदे ने अच्छा हुण वीर जी तुसी माशाल्लाह इत्थे जे कस्टडी घोड़े दी तुहाडे कोले ते इहदा हुण किन्ना मुल्ल कर रहा जी इह तकरीबन जिहड़ा इस दा मुल्ल 2.5 तक हो जिहड़ा मुनासिब है कि असीं जिहड़ा यानी कि समय नहीं 2.5 तक विक जाए चलो ठीक है जनाब असीं अपने जिहड़े कहिंदे देखण वाले असी उन्हां नूं सारी एक चीज़ दस दिती है असी कोई चीज़ लुकोई नहीं है कि असी किसी ने साडे दिल च नहीं साफ है साडा दिल असी उन्हें दस दिती है कि हुण फैसला जिहड़ा ना हुंदा हैगा आवाम दा कि आवाम इहनूं किस नज़र नाल वेखदी है ते तुसी अपना भी नंबर जरा ना शेयर कर दिओ ताकि जिहड़ा 0306 6854 6854 371 371 लो जनाब मेरा वीर वीडियो जिहड़ी ना ओह चंगी लगी होवे तो लाइक एंड शेयर जरूर कीजिएगा तो मेरा वीर मेरे सज्जनों मेरी हाथ बन के जनाब थोड़े अगे गुजारिश है ये शौक जड़ा है ये बड़ा बेहतरीन शौक है तो बड़ा इज्जत वाला शौक है ये सुन्नत है तो जनाब शौक पूरा करो जम जम करो मगर जानवर नूं अच्छी तरह चैक कर लवो मेरे वीरो उन्दे पैर पूर अच्छी तरह चैक कर लवो कोड़े नूं पजा के चैक कर लवो अल्लाह ताला तुहाडी हिफाजत करे और अल्लाह ताला तुहानू बुरे वक्त तो बचावे इजाजत चाहना जनाब इंशाअल्लाह फिर मुलाकात होगी इस तरह ही तुहाडे नाल किसी ना किसी जगह दे उत्ते किसी ना किसी पॉइंट दे उत्ते इजाजत चाहना तुहाडे सारे वीरां तो अल्लाह हाफिज़ फी इमानुल्लाह।